ਇਹ ਹੈ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਜਾਣਿਆ ਜਾਣਦੇ ਪ੍ਰਸ਼ਾਸਨ ਜੋ ਕਿ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਯੋਗ ਹੈ ਤੇ ਬਖਸ਼ੇਗੀ ਤੇ ਨਾਲ ਹੀ ਨਾਲ ਮੇਰੀ ਬੇਨਤੀ ਵੀ ਹੈ ਕਿ ਆਉਣ ਵਾਲੇ ਜਿੰਮੇਵਾਰ ਡਾਕਟਰ ਮਹਿਤਾ ਸਿੰਘ ਦਾ ਅਸੀਂ ਰਲ ਮਿਲ ਕੇ ਸਾਰਿਆਂ ਨੇ ਉਹਨਾਂ ਨੂੰ ਸਾਥ ਦੇਣ ਦੀ ਕਿਰਪਾਲਤਾ ਕਰਨੀ ਹੈ ਤਾਂ ਕਿ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੂੰ ਕਰਦਾ ਪ੍ਰਬੰਧ ਕਰ ਸਕਾਂ ਦੋ ਮਿੰਟ ਲਈ ਡਾਕਟਰ ਮਹਿਤਾ ਸਿੰਘ ਜੀ ਆਪ ਨੂੰ ਖਤਮ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ जिम्मेवारी पाई है मैं कोशिश करा सारी मेहनत जो भी है पूरी हो मैं जी जान ना तन मन तन ना सारी सेवा कर लगा तो वाहेगुरु जी का खालसा सब मिलजुल के सब काम करते हैं।